ਪ੍ਰਧਾਨ ਮੰਤਰੀ ਮੋਦੀ ਜੀ ਦੇ ਪੰਜਾਬ ਫੇਰੀ ਸਮੇਂ ਕਾਂਗਰਸ ਵੱਲੋਂ ਕੈਪਟਨ ਅਮਰਿੰਦਰ ਸਿੰਘ ਨੇ ਲੁਧਿਆਣੇ ਵਿੱਚ ਹੀ ਚਿੱਟੇ ਰਾਵਣ ਦਾ ਪੁਤਲਾ ਸਾੜਿਆ ਅਤੇ ਉਹਨਾਂ ਵੱਲੋਂ ਅਕਾਲੀ ਸਰਕਾਰ ਨੂੰ ਖੁੱਲ੍ਹੀ ਚੁਣੌਤੀ ਦਿੱਤੀ ਗਈ ਸੀ ਕਿ ਉਹਨਾਂ ਨੂੰ ਰੋਕਣ ਦਾ ਕਿਸੇ ਵਿੱਚ ਸਾਹਸ ਹੈ ਤਾਂ ਆ ਜਾਣ। ਰਾਵਣ ਦਾ ਬੁੱਤ ਉਸੇ ਥਾਂ ਹੀ ਫੂਕਿਆ ਗਿਆ ਜਿੱਥੇ ਕਾਂਗਰਸ ਦੇ ਵਰਕਰਾਂ ਨੂੰ ਇਸ ਚਿੱਟੇ ਰਾਵਣ ਨੂੰ ਫੂਕਣ ਦੀ ਕੋਸ਼ਿਸ਼ ਕਰਨ ਬਦਲੇ ਪਿਛਲੇ ਦਿਨੀਂ ਹੀ ਕੁੱਟਿਆ ਗਿਆ ਸੀ। ਉਸ ਵਕਤ ਤਾਂ ਕਾਂਗਰਸ ਸਿਰਫ ਚਿੱਟੇ ਨਸ਼ੇ ਉੱਤੇ ਧਿਆਨ ਕੇਂਦਰਿਤ ਕਰਨ ਲਈ ਹੀ ਚਿੱਟੇ ਰਾਵਣ ਨੂੰ ਫੂਕ ਰਹੀ ਸੀ, ਪਰ ਹੁਣ ਕਾਂਗਰਸ ਨੇ ਰਾਵਣ ਅਤੇ ਉਸਦੇ 10 ਸਿਰਾਂ ਉੱਤੇ ਬਾਦਲ ਪਰਿਵਾਰ ਦੇ 3 ਵੱਡੇ ਮੰਤਰੀਆਂ, ਜਿਸ ਵਿੱਚ ਬਾਦਲ ਸਾਹਿਬ ਆਪ ਵੀ ਸ਼ਾਮਿਲ ਹੈ, ਉਹਨਾਂ ਦੇ ਚਿਹਰੇ ਲਗਾ ਦਿੱਤੇ। ਚਿੱਟੇ ਵਾਲਾ ਥੱਬਾ ਕਾਂਗਰਸ 'ਤੇ ਲਗਾਇਆ ਹੋਇਆ ਨਹੀਂ, ਬਲਕਿ ਪੰਜਾਬ ਦੀ ਜਨਤਾ ਵੱਲੋਂ ਖੁਦ ਪੰਜਾਬ ਸਰਕਾਰ ਦੇ ਮੂੰਹ 'ਤੇ ਲਗਾਇਆ ਗਿਆ ਹੈ। ਇੰਡੀਆ ਟੂਡੇ ਦੇ ਵੱਲੋਂ ਪੰਜਾਬ ਵਿੱਚ ਸਰਵੇਖਣ ਕਰਵਾਇਆ ਗਿਆ, ਜਿਸ ਵਿੱਚ ਪੰਜਾਬੀਆਂ ਦੇ ਮਨਾਂ ਉੱਤੇ ਸਭ ਤੋਂ ਵੱਡਾ ਬੋਝ ਨਸ਼ੇ ਨੂੰ ਦੱਸਿਆ ਗਿਆ ਹੈ। ਤਕਰੀਬਨ 80% ਦੀ ਜਨਤਾ ਇਹ ਮੰਨਦੀ ਹੈ ਕਿ ਪੰਜਾਬ ਵਿੱਚ ਨਸ਼ੇ ਦੀ ਸਮੱਸਿਆ ਸਭ ਤੋਂ ਵੱਡੀ ਹੈ ਅਤੇ ਇਸ ਵਿੱਚ ਸਿਆਸਤਦਾਨਾਂ ਦੀ ਸਾਂਝ ਹੈ। ਸਰਕਾਰ ਨਸ਼ੇ ਵਿੱਚ ਸ਼ਰਾਬ ਨੂੰ ਸ਼ਾਮਿਲ ਨਹੀਂ ਕਰਦੀ, ਪਰ ਇੱਕ ਸਮਝਦਾਰ ਸਿਆਣਾ ਸਮਾਜ ਇਸ ਨੂੰ ਨਸ਼ਾ ਹੀ ਮੰਨਦਾ ਹੈ, ਖਾਸ ਕਰਕੇ ਜਦ ਇਸ ਦੀ ਵਰਤੋਂ ਬਰਦਾਸ਼ਤ ਦੀ ਹੱਦ ਨੂੰ ਪਾਰ ਕਰ ਜਾਵੇ। ਪੰਜਾਬ ਵਿੱਚ ਸ਼ਰਾਬ ਦਾ ਇੱਕ ਕਦੇ ਕਦਾਈਂ ਦਾ ਹੱਲ ਨਹੀਂ, ਨਾ ਹੀ ਇਕੱਠੇ ਬੈਠ ਕੇ ਖਾਣ ਪੀਣ 'ਤੇ ਸਮਾਜਿਕ ਪ੍ਰਥਾ ਰਹਿ ਗਈ ਹੈ। ਇਹ ਇੱਕ ਨਸ਼ਾ ਹੈ ਜਿਸ ਨੂੰ ਚੱਪੇ ਚੱਪੇ ਉੱਤੇ ਵਿਕਰੀ ਸਰਕਾਰ ਦੇ ਠੇਕਿਆਂ ਅਤੇ ਕਰਿਆਨਿਆਂ ਦੀ ਦੁਕਾਨਾਂ ਵਿੱਚ ਕੀਤੀ ਜਾ ਰਹੀ ਹੈ। ਕਾਰਨ ਇਹ ਹੈ ਕਿ ਸਰਕਾਰ ਦੇ ਖਜ਼ਾਨੇ ਨੂੰ ਭਰਨ ਲਈ ਸ਼ਰਾਬ ਦੀ ਵਿਕਰੀ ਵੱਡਾ ਸਾਧਨ ਹੈ। ਦੂਜਾ, ਸਾਰੇ ਪੰਜਾਬ ਦੇ ਸ਼ਰਾਬ ਵਿਕਰੀ ਵਿੱਚੋਂ ਸਭ ਤੋਂ ਵੱਡੀਆਂ 20 ਕੰਪਨੀਆਂ ਦੇ ਹੱਥਾਂ ਵਿੱਚ ਹੈ, ਜਿਨ੍ਹਾਂ ਵਿੱਚ ਅੱਗੇ ਜਾਂ ਪਿੱਛੇ ਪੰਜਾਬ ਦੇ ਵੱਡੇ ਸਿਆਸਤਦਾਨ ਕੰਮ ਕਰਦੇ ਹਨ। ਪੰਜਾਬ ਵਿੱਚ ਵਿਕਰੀ ਹਰਿਆਣਾ ਅਤੇ ਰਾਜਸਥਾਨ ਤੋਂ 30-40% ਤੋਂ ਵੱਧ ਕੀਮਤ 'ਤੇ ਹੁੰਦੀ ਹੈ ਅਤੇ ਲੋਕਾਂ ਨੂੰ ਨਾਲ ਦੇ ਸੂਬਿਆਂ ਤੋਂ ਸਸਤੀ ਸ਼ਰਾਬ ਲਿਆਉਣ ਤੋਂ ਰੋਕਣ ਲਈ ਇਹਨਾਂ ਨੇ ਗੁੰਡਿਆਂ ਦੀ ਟੋਲੀਆਂ ਰੱਖੀਆਂ ਹੋਈਆਂ ਹਨ, ਜਿਨ੍ਹਾਂ ਨੇ ਹੱਥੋਂ ਪਿਛਲੇ ਹਫ਼ਤੇ 2 ਨੌਜਵਾਨ ਬੇਦਰਦੀ ਨਾਲ ਕਤਲ ਹੋਏ ਹਨ। ਜਿਸ ਤਰ੍ਹਾਂ ਇਹ ਸ਼ਰਾਬ ਦਾ ਗੈਰ ਕਾਨੂੰਨੀ ਉਦਯੋਗ ਚੱਲ ਰਿਹਾ ਹੈ, ਉਸੇ ਤਰ੍ਹਾਂ ਪੰਜਾਬ ਵਿੱਚ ਗੈਰ ਕਾਨੂੰਨੀ ਨਸ਼ੇ ਦਾ ਕਾਰੋਬਾਰ ਚੱਲ ਰਿਹਾ ਹੈ। ਨਸ਼ਾ ਮਾਫੀਆ, ਸ਼ਰਾਬ ਮਾਫੀਆ, ਰੇਤਾ ਬਜਰੀ ਮਾਫੀਆ, ਇਹ ਸਭ ਨਾਮ ਸਾਡੀ ਜ਼ਬਾਨ ਉੱਤੇ ਆਮ ਆਉਂਦੇ ਹਨ ਕਿਉਂਕਿ ਇਹ ਸਾਡੀ ਜ਼ਿੰਦਗੀ ਦਾ ਅਟੁੱਟ ਹਿੱਸਾ ਬਣਾ ਦਿੱਤੇ ਗਏ ਹਨ। ਵਾਰ ਵਾਰ ਇਹ ਕਹਿਣ ਨਾਲ ਕਿ ਮੀਡੀਆ ਨੇ ਪੰਜਾਬ ਦਾ ਨਾਮ ਖਰਾਬ ਕਰ ਦਿੱਤਾ ਹੈ, ਨਾਲ ਸਰਕਾਰ ਆਪਣੇ ਆਪ ਨੂੰ ਜ਼ਮੀਨੀ ਹਕੀਕਤ ਤੋਂ ਦੂਰ ਕਰ ਰਹੀ ਹੈ। ਇਹ ਸਰਵੇਖਣ ਉਹ ਸੱਚ ਬੋਲਦਾ ਹੈ ਜੋ ਪੰਜਾਬ ਦੀ ਜਨਤਾ ਨੂੰ ਸਤਾਉਂਦਾ ਹੈ। ਚਿੱਟਾ ਰਾਵਣ ਸਾੜਨ ਵਿੱਚ ਪੰਜਾਬ ਸਰਕਾਰ ਨੇ ਪਹਿਲ ਵਿਖਾਈ ਹੁੰਦੀ ਤਾਂ ਅੱਜ ਤਸਵੀਰ ਕੁਝ ਵੱਖਰੀ ਹੁੰਦੀ।